ਖਾਗੇ ਬੱਚੇ ਜੀ ਖਾਗੇ। ਕਿੱਦਾਂ ਲੱਗੀ ਮੱਕੀ ਦੀ ਰੋਟੀ ਤੇ ਸਾਗ? ਬਹੁਤ ਟੇਸਟੀ ਹੈ ਨਾ, ਮਜ਼ਾ ਆਇਆ ਨਾ ਵੈਸੇ। ਕਿਆ ਬਾਪੂ ਜੀ, ਟੌਰ ਤੁਹਾਡੀ ਪੂਰੀ ਆ। ਖਿਚੜੀ? ਵੈਰੀ ਗੁੱਡ, ਓਕੇ। ਬਾਜਰੇ ਦੀ ਖਿਚੜੀ ਸੁਣੀ ਯਾਰ, ਪਾਵਾਂਗੇ ਜ਼ਰੂਰ। ਲਓ ਜੀ, ਪਾਣੀ ਆ ਗਿਆ ਅੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ, ਸਵਾਗਤ ਤੁਹਾਡਾ ਆਪਣੇ ਯੂਟਿਊਬ ਚੈਨਲ ਜਸਕਾਸ ਵਿੱਚ। ਅਤੇ ਅੱਜ ਅਸੀਂ ਜਾ ਰਹੇ ਹਾਂ ਸਾਡਾ ਪਿੰਡ ਲੈ ਕੇ ਬੱਚੇ, 1135 ਬੱਚੇ ਆ। ਅਤੇ ਬਾਕੀ ਪਹੁੰਚ ਕੇ ਤੁਹਾਨੂੰ ਦਿਖਾਉਂਦੇ ਆਪਣਾ ਮਾਹੌਲ ਚਾਲ।
ਲਓ ਜੀ ਆ ਗਏ ਸਾਡਾ ਪਿੰਡ ਆ ਦੇਖੋ ਲਓ ਜੀ ਰਾਜੇ ਸਰ ਪਹਿਲੇ ਨੰਬਰ ਤੇ ਉਤਰੇ ਨੇ ਬਾਕੀ ਬੱਸਾਂ ਸਾਡੀਆਂ ਪਹੁੰਚ ਗਈਆਂ ਆ ਕਮਲ ਮੈਮ ਵੀ ਆ ਗਏ ਨੇ ਮਗਰ ਲਓ ਜੀ ਨਵਜੋਤ ਮੈਮ ਹਾਂਜੀ ਹਾਂਜੀ ਜੀ ਜ਼ਰੂਰ ਜ਼ਰੂਰ ਲਓ ਜੀ ਹੁਣ ਹੌਲੀ ਹੌਲੀ ਬੱਚੇ ਵੀ ਉਤਰੇ ਆ ਲਓ ਜੀ ਆ ਗਏ ਬੱਚੇ ਸਾਰੇ ਆ ਗਏ ਮੈਨੂੰ ਲੱਗਦਾ ਹੋਣਾ ਨਾ ਕਿ ਆ ਰਹੀਆਂ ਦੋ ਬੱਸਾਂ ਹੋਰ ਆਉਣੀਆਂ ਸਰ ਫੋਟੋ ਬੜੀ ਸੋਹਣੀ ਖਿੱਚੀ ਸਰ ਦਿਖਾਇਓ ਮਾੜੀ ਜੀ ਕਿਆ ਬਾਤ ਆ ਭਵਿੰਦਰ ਸਰ ਨੇ ਫੋਨ ਲਿਆ ਸੈਮਸੰਗ ਦਾ ਅਲਟਰਾ ਐਸ 23 ਇੱਕ ਲੱਖ ਕਿੰਨੇ ਦਾ 10,000 1,10,000 ਦਾ ਫੋਨ ਕਿਆ ਬਾਤ ਆ ਫੋਟੋ ਵੀ ਤਾਂ ਫਿਰ ਪੂਰੀ ਕੈਂਡ ਆ ਜੀ ਨਾ ਲਓ ਜੀ ਬੱਚੇ ਪਹੁੰਚ ਗਏ ਸਾਰੇ ਪਹਿਲਾਂ ਬੱਚੇ ਹੈਲੋ ਕਰਨਗੇ ਹੁਣ ਖੁਸ਼ ਹੋ ਗਏ ਬੱਚੇ ਵੀ ਕਹਿੰਦਾ ਹੁਣ ਵੀਡੀਓ ਬਣ ਗਈ ਸਾਡੀ ਲਓ ਜੀ ਸਨੀ ਸਰ ਸ਼ਾਂਤੀ ਆਂਟੀ ਵੈਲਕਮ ਟੂ ਸਾਡਾ ਪਿੰਡ ਹਾਂਜੀ ਹਾਂਜੀ ਲਓ ਵੀ ਟੀਚਰਸ ਵੀ ਆ ਗਏ ਨੇ ਓਕੇ ਰਿਪੋਰਟ ਮੈਂ ਹਾਂਜੀ ਓਕੇ 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 ਆਂਟੀ ਆ ਜਾਓ ਮੇਰੀ ਵੀ ਖੇਤੋਂ ਨਾਲ ਹੀ ਉਹ ਵੇਖੋ ਇਹਦੇ ਵਿੱਚੋਂ ਫੋਟੋ ਖਿੱਚਦੇ ਨੇ ਇੱਕ ਮਿੰਟ ਚੱਲ ਯਾਰ ਇੱਦਾਂ ਖਿੱਚਦੇ ਇੱਕ ਮਿੰਟ ਹਾਂਜੀ ਜੀ 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 ਓਕੇ ਮੈਮ ਹੋ ਗਈ ਜੀ ਜੀ ਹੋ ਗਈ ਹੋ ਗਈ ਲੋ
ਸਾਡੀਆਂ ਫੋਟੋ ਜ਼ਿਆਦਾ ਹੋ ਗਈਆਂ ਹੁਣ। ਠੀਕ ਹੈ, ਕੀ ਹਾਲ? ਠੀਕ ਹੋ? ਇੱਧਰ ਹੀ ਹੈਗਾ ਰਸਤਾ ਰਸਤਾ ਚੜ੍ਹਨ ਦਾ। ਲਓ ਜੀ, ਸਾਰੇ ਬੱਚੇ ਉੱਪਰ ਨੇ। ਕਿਆ ਬਾਤ, ਕਿਆ ਬਾਤ! ਸ਼ਮਸ਼ੇਰ ਸਾਹਿਬ ਚਸ਼ਮੇ ਖੁੱਲ ਗਏ। ਬਸ ਵਧੀਆ ਜੀ, ਤੁਸੀਂ ਸੁਣਾਓ? ਬੱਚੇ ਬੜੇ ਖੁਸ਼ ਹੋਏ ਵੀਡੀਓ ਵੇਖ ਕੇ। ਕਾਫੀ ਚਿਰ ਬਾਅਦ ਲੈ ਕੇ ਆਏ ਆ ਸਾਡੇ ਪ੍ਰਿੰਸੀਪਲ ਸਲਾਮ ਮਨਦੀਪ ਸਿੰਘ ਜੀ, ਉਹਨਾਂ ਦੀ ਕਿਰਪਾ ਨਾਲ ਬੱਚਿਆਂ ਨੂੰ ਲੈ ਕੇ ਆਏ ਆ ਉਸ ਟਾਈਮ ਅੱਜ ਸਾਡਾ ਪਿੰਡ। ਚਲੋ ਵਧੀਆ, ਬੱਚੇ ਖੁਸ਼ ਹੋਏ ਆ। ਹਾਂਜੀ, ਨਹੀਂ ਪੂਰਾ ਇੰਜੋਇਮੈਂਟ ਹੋ ਰਿਹਾ। ਬੜੇ ਖੁਸ਼। ਹਾਂਜੀ, ਕੀ ਕਹਿ ਰਹੇ ਹੋ? ਖੁਸ਼ ਹੋ? ਪਤਾ ਨੀ ਕੀ ਬਣਤਾ ਇਹਨਾਂ ਨੇ, ਇਹਦੇ ਨਾਲ ਐਂਟਰੀ ਮਿਲਣੀ ਆ। ਬਾਪ ਜੀ
ਬਾਕੀ ਬੱਚੇ ਸਾਰੇ ਗਾਈਡ ਕਰ ਰਹੇ ਹਾਂ, ਰੋਟੀ ਵੀ ਲੈ ਜਾਂਦੇ ਬੱਚੇ, ਲੈ ਜਾਂਦੇ ਹਾਂ ਬੱਚੇ ਲੰਚ, 12 ਵਜੇ ਤੋਂ ਲੰਚ ਲੈ ਜਾਂਦੇ ਬੱਚੇ, ਠੀਕ ਹੈ। ਹੈਲੋ, ਕੱਲੇ ਕੱਲੇ ਵੀ ਬੱਚੇ ਲਿਆਉਣੀ ਵੀਡੀਓ। ਲਓ ਜੀ ਆਪਣਾ ਸਾਡਾ ਪਿੰਡ ਬੱਚੇ ਭੇਜਣੇ ਸ਼ੁਰੂ ਕਰਤੇ ਆ ਜੀ ਅੰਦਰ, ਤੇ ਦੇਖ ਸਕਦੇ ਪੁਰਾਣੀ ਜੀ ਗੱਡੀ ਕੋਈ ਖੁਲਾ ਦੀ ਆ। ਆਜੋ ਬੇਟਾ ਆਜੋ, ਮਜ਼ਾ ਆ ਰਿਹਾ ਪੂਰਾ। ਕਿਆ ਬਾਤ ਹੈ, ਵੀਡੀਓ ਦੇਖਦੇ ਹੁੰਦੇ ਹੋ, ਕਿੱਦਾਂ ਦੀ ਲੱਗਦੀ ਆ? ਉਹ ਸਾਈਕਲ ਕਿੱਦਾਂ ਬਣਾਇਆ ਉਹਦੇ ਤੋਂ? ਅੱਛਾ, ਇੱਧਰ ਐਂਟਰੀ ਲਓ ਜੀ ਲਓ। ਉਧਰੋਂ ਬੱਚੇ ਭੇਜ ਰਹੇ ਜੀ, ਬੱਚਿਆਂ ਦੇ ਨਾਲ ਲਾ ਰਹੇ ਇਸ ਤਰ੍ਹਾਂ ਦਾ ਹੱਥ ਦੇ। ਉਧਰੋਂ ਐਂਟਰੀ ਹੋ ਗਈ ਆ ਪਾਲੀ ਸਾਈਡ ਤੋਂ, ਉਧਰੋਂ ਬੱਚੇ ਘੁੰਮ ਕੇ ਆ ਰਹੇ। ਸਾਈਡ 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 ਤੇ ਬੇਟਾ, ਸਾਈਡ 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 ਲੋ ਜੀ ਤਿਆਰੀ ਆ ਗਏ ਅੰਦਰ ਸਾਰੇ, ਅੰਦਰ ਬੈਂਡ ਚੈੱਕ ਕਰਾ ਲਓ, ਬੈਂਡ ਚੈੱਕ ਕੀਤੇ ਬੱਚਿਆਂ ਨੂੰ ਸਾਰਿਆਂ ਨੇ। ਲਓ ਜੀ ਮੈਜਿਕ ਸ਼ੋ, ਹਾਂ
ਥੋੜੇ ਬੱਚੇ ਬਾਅਦ ਮੈਂ ਆ ਗਿਆ ਅਬ ਜਾਦੂ ਸਟਾਰਟ ਹੈ ਜਾਦੂ ਦੇਖੋ ਪਹਿਲਾ ਜਾਦੂ ਦੇਖੋ ਯੇ ਸਾਈਕਲ ਕੀ ਘੰਟੀ ਹੈ ਕਟੋਰੀ ਹੈ ਐਸੇ ਫੇਕੇਂਗੇ ਜਾਓ ਲੈ ਜਾਓ ਲੀ ਹੈ ਅਬ ਜਾਦੂ ਦੇਖੋ ਸੁਣੋ ਹੱਲਾ ਮਤ ਕਰੋ ਅਬ ਜਾਦੂ ਦੇਖੋ ਯੇ ਜਾਦੂ ਕੀ ਛੜੀ ਦੋ ਰੰਗ ਬਦਲੇਗੀ ਪਹਿਲਾ ਕਲਰ ਦੇਖੋ ਯੇ ਪੱਥਰ ਕਾ ਚੇਂਜ ਹੋ ਜਾਏਗਾ ਇਸ ਪੇ ਮਿੱਟੀ ਲਗਾ ਦੇਂਗੇ ਪੱਥਰ ਪੇ ਹੱਥ ਲਗਾ ਦੇਂਗੇ ਛੜੀ ਕੋ ਐਸੇ ਘੁਮਾ ਦੇਂਗੇ ਮੁੜ ਰਹੇ ਜਾਦੂ ਸੇ ਦੇਖੋ ਯੇ ਦੋ ਬਨੇਗਾ ਐਸੇ ਬੰਦ ਕਰੇਂਗੇ ਜਾਦੂ ਕਾ ਵੇਗ ਹੈ ਹਮ ਇਸਕੇ ਅੰਦਰ ਸੇ ਏਕ ਕੋਇਨ ਨਿਕਾਲੇਂਗੇ ਔਰ ਕੋਇਨ ਇਸਮੇ ਡਾਲੇਂਗੇ ਬੈਗ ਅਲਗ ਰੱਖੇਂਗੇ ਕਿਤਨਾ ਕੋਇਨ ਹੋ ਗਿਆ ਇਸਮੇ ਐਸੇ ਰੱਖੇਂਗੇ 1 2 3 ਗੁੱਡ ਨਾਈਟ ਦੇਖਦੇ ਆ ਜਾਦੂ ਆਪਾਂ ਤਾਂ ਦਿਖਾਉਂਦੇ ਹਾਂ ਸਾਡਾ ਪਿੰਡ ਮੱਕੀ ਦੀ ਰੋਟੀ ਦੇ ਸਰਸੋਂ ਦਾ ਸਾਗ ਪਿੰਡ ਦਾ ਰਸਤਾ ਕੀ ਬਾਤ ਆ ਪੀਂਗਾ ਉਹ ਬੱਕਰੀਆਂ ਵੀ ਬਣੀਆਂ ਇੱਥੇ ਉਹ ਤੇਰੀ ਕਿੱਡਾ ਵੱਡਾ ਮਜਾ ਹੋ ਪਤਾ ਹੋਏ ਮੰਝਾ ਚੈੱਕ ਕਰੋ ਕਿੱਡਾ ਵੱਡਾ ਓਹ ਮਾਈ ਗੋਡ ਕਈ ਤਰ੍ਹਾਂ ਦਾ ਪੂਰਾ ਸਕੂਲ ਹੀ ਆਉਣਾ ਓਕੇ ਮੈਮ ਕੀ ਹੈਗਾ ਲੱਸੀ ਲੱਸੀ ਹੈ ਲਓ ਜੀ ਲੱਸੀ ਲੱਸੀ ਪੀ ਲਓ ਲੱਸੀ ਓਹੋ ਲੱਸੀ ਪੀਓ ਜੀ ਪੰਜਾਬ ਦੀ ਲੱਸੀ ਬੜੀ ਸਵਾਦ ਹੈ ਮੱਕੀ ਦੀ ਰੋਟੀ ਦੇ ਸਾਗ ਕੀ ਬਾਤ ਨਾਲ ਲੱਸੀ ਵੀ ਪਿਓ ਫਿਰ ਲੱਸੀ ਬੜੀ ਸਵਾਦ ਹਾਂ ਲਓ ਜੀ ਮੱਕੀ ਦੀ ਰੋਟੀ ਲਾਦੀ ਪਈ ਇੱਥੇ ਉੱਥੇ ਮਿਲ ਗਈ ਮੱਕੀ ਦੀ ਰੋਟੀ ਅਤੇ ਸਾਗ ਲਾਈਨਾਂ ਲੱਗ ਗਈਆਂ ਅੱਛਾ ਇੱਧਰ ਵੀ ਹੈਗਾ ਮੈਂ ਵੀ ਖਾ ਲਾ ਜਾਣਾ ਮੈਂ ਰਹਿ ਜਾਵਾਂ ਇੱਥੇ ਮੈਂ ਵੀ ਖਾ ਲਵਾਂ ਨਾ ਸਵਾਦ ਆ ਰੋਟੀ ਮੱਕੀ ਸਵਾਦ ਲੱਗੀ ਉਹ ਜੀ ਮੱਕੀ ਦੀ ਰੋਟੀ ਦੇ ਸਾਗ ਬਹੁਤ ਸਵਾਦ ਹੈ ਪਰ ਲੱਸੀ ਉਹਨੂੰ ਵੀ ਜ਼ਿਆਦਾ ਸਵਾਦ ਕਿਹਨੂੰ ਖਾਣੀ ਮੱਕੀ ਰੋਟੀ ਸਾਗ ਕਿੱਦਾਂ ਲੱਗਾ ਅੰਕਲ ਹੀ ਰਹਿਣਾ ਸਰ ਕਹਿਣਾ ਅੰਕਲ ਹੀ ਕਹੀ ਜਾਂਦੇ ਬੱਚੇ ਥੈਂਕ ਯੂ ਥੈਂਕ ਯੂ Thank you.
ਆ ਜੇ। ਕਿਦਾਂ ਲੱਗੀ ਮੱਕੀ ਰੋਟੀ ਦੇ ਸਾਗ? ਬਹੁਤ ਟੇਸਟੀ ਹਾਂ, ਮਜ਼ਾ ਆਇਆ ਨਾ। ਮੈਂ ਲੱਸੀ ਪੀ ਕੇ ਵੇਖੋ, ਬੜੀ ਸਵਾਦ ਹੈ ਲੱਸੀ, ਬੜੀ ਸਵਾਦ। ਓਕੇ ਹਾਂਜੀ ਮੈਮ, ਤੁਹਾਨੂੰ ਕਿੱਦਾਂ ਲੱਗਾ ਮੱਕੀ ਦੀ ਰੋਟੀ ਦਾ ਸਾਗ? ਸਵਾਦ ਲੱਗਾ? ਚਲੋ ਵਧੀਆ। ਪੂਰਾ ਪਿੰਡਾਂ ਦਾ ਮਾਹੌਲ ਬਣਾਇਆ। ਕਿਆ ਬਾਤ, ਕਿਆ ਬਾਤ। ਕੁਲਦੀਪ ਭਾਈ ਤੂੜੀ ਵਾਲਾ ਕਮਰਾ, ਅੱਛਾ ਕੰਮ ਕਰਦਾ ਵਾ। ਉਹਨੇ ਉਹ ਟੁੱਟ ਲੱਤ ਗਿਆ ਹੈਗਾ, ਇੱਥੇ ਲਾ ਦੋ। ਲੱਤ ਗਿਆ ਹੈਗਾ, ਟੁੱਟ ਗਿਆ ਹੈ। ਦੇਖਿਆ ਕਿਹਾ ਟੋਕਾ ਬੇਟਾ, ਉਧਰ ਨੀ ਚਲੋ। ਉਹ ਉਧਰ ਜਾਏਗਾ ਤੇ ਆਏਗੀ। ਉਹ ਤੇਰੀ ਇਧਰ ਵੀ ਹੈਗੇ ਰੂਮ। ਕਿਆ ਬਾਤ ਆ, ਕਿਆ ਬਾਤ, ਕਿਆ ਬਾਤ। ਪਿੰਡਾਂ ਦੇ ਵਿੱਚ ਇੱਦਾਂ ਦਾ ਮਾਹੌਲ ਹੁੰਦਾ ਸੀ ਪਹਿਲਾਂ, ਹੁਣ ਤੇ ਹਰ ਘਰ ਚਲੋ ਪੱਕੇ ਹੋ ਗਏ। ਵਧੀਆ ਲੱਗਾ ਹੈ ਨਾ, ਕਿਹੜਾ ਸੋਹਣਾ। ਦੇਖ ਲਓ ਅੰਦਰ ਜਾ ਕੇ। ਹੈਲੋ, ਹੈ ਹੈਲੋ। ਲਓ ਜੀ ਉੱਪਰ ਮਾਹੌਲ ਵੇਖ ਲਓ। ਚਲੋ ਹੁਣ ਚਲੀਏ ਦੂਜੀ ਸਾਈਡ। ਕੀ ਨਜ਼ਰ ਆਉਂਦਾ, ਕੀ ਨਜ਼ਰ ਆਉਂਦਾ? ਅੱਛਾ ਇੱਕ ਮਿੰਟ ਦੇਖ ਲਈ ਆਪਾਂ ਵੀ, ਕੀ ਨਜ਼ਰ ਆਉਂਦਾ, ਕੀ ਨਜ਼ਰ ਆਉਂਦਾ, ਕੀ ਨਜ਼ਰ ਕੀ ਆਉਂਦਾ? ਅੱਛਾ ਆਹੋ ਕੋਰਾ ਨਜ਼ਰ ਆਉਂਦੀ ਯਾਰ ਵਿੱਚ। ਕਿਆ ਬਾਤ ਆ, ਇਹਨਾਂ ਦੀ ਲੱਗਦਾ ਪੱਕੀ ਟੁੱਟੀ ਹੁੰਦੀ ਇੱਥੇ ਅੰਮ੍ਰਿਤਸਰ।
ਉੱਥੇ ਏਡਾ ਵੱਡਾ ਸਕੂਟਰ ਸਕੂਟਰ ਹੀ ਬੜਾ ਵੱਡਾ ਹੈ। ਕਿੰਨੇ ਨੇ ਬਹਿ ਗਏ ਆ? ਇੱਥੇ ਹੋਰ ਬਹਿ ਸਕਦੇ ਪਏ। ਜਿੱਦਾਂ ਪਿੰਡਾਂ ਦੀਆਂ ਗਲੀਆਂ ਹੁੰਦੀਆਂ ਨਾ ਸੇਮ ਉਸ ਤਰ੍ਹਾਂ ਹੀ ਆ। ਬਾਹਰ ਥੋੜ੍ਹੀ ਥੋੜ੍ਹੀ ਜਗ੍ਹਾ ਦੇ ਵਿੱਚ ਰੁੱਖ ਲੱਗੇ ਹੋਏ ਆ। ਬਹੁਤ ਸੋਹਣਾ ਬਣਾਇਆ, ਬਹੁਤ ਸੋਹਣਾ। ਕਿਆ ਬਾਪੂ ਜੀ, ਟੌਰ ਤੁਹਾਡੀ ਬੁਰੀ ਆ? ਛਾਗੇ ਛਾਗੇ ਕਿਆ ਵੀਰ ਸੇਵਾ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਨਾਤਾ ਲਾਓ ਜੀ। ਕੀ ਬਣਾ ਰਹੇ ਬਾਪੂ ਜੀ? ਚਾਦਰ ਕੇਸ ਕੇਸ ਓਕੇ ਮਿਹਨਤ ਆਉਂਦੀ ਆ। ਲਓ ਜੀ ਲਓ, ਡੀਜੇ ਲੱਗਾ ਉਧਰ।
हाँ जी माँ मेरा चीका मर गयो ओ क्या बात है चलो चलो चलाओ चलाओ लगता वाकई पिंड आए हैं खिचड़ी खान लगे हो खिचड़ी वेरी गुड ओके बाजरे की खिचड़ी हाय लो ये तरह मक्की रोटी बनती भी क्या बात क्या बात कभी चलाया मैं सच मैं चला के वेख्या वे माड़ा रूम पा के ना ऐ धागे खेलते होंगे छोटे होंगे पहला चलाने हाँ इतने का आगे लगे ना बाकी सब कुछ चेंज जाके हाँ हाँ ਆ ਸੱਚ ਆ ਹੁੰਦੇ ਸੀਗੇ ਪਹਿਲਾਂ ਇੱਦਾਂ ਸੋਚ ਜਿਹੜੇ ਆਪਣਾ ਪੱਖਾ ਪੁੱਖਾ ਚਲਾਉਣਾ ਕੋਈ ਲਾਈਟ ਚਲਾਉਣੀ ਇਸ ਤਰ੍ਹਾਂ ਪੈਦਾ ਬੱਚਿਆਂ ਦੀ ਖਿਚੜੀ ਖਤਮ ਨਹੀਂ ਹੋਈ ਲੱਗਦਾ ਹਾਂ ਅੱਛਾ ਕਿਆ ਬਾਤ ਹੈ ਮਜ਼ਾ ਆ ਰਿਹਾ ਫਿਰ ਫਿਰ ਕਾਫੀ ਵੱਡਾ ਬਣਾਇਆ ਉਹਨੇ ਲਓ ਜੀ ਬੰਟੇ ਖੇਡ ਰਹੇ ਬੱਚੇ बुलेट गुड मॉर्निंग गिरते हाथ 30 रुपए लग रहे हैं लो जी हाथ दिखाओ तो 30 रुपए थैंक यू बेटा ओ वाओ ਉਹਦੇ ਉੱਤੇ ਪਤਾ ਨਹੀਂ ਕੀ ਮਸ਼ੀਨ ਜਿਹੀ ਲਾਈ ਹੈ ਕੁਛ ਚਲਾਉਣੇ ਹੋਣੇ ਇਹਦੇ ਵਿੱਚ ਕੁਛ ਬਣਾਉਂਦੇ ਹੋਣੇ ਪੀਂਦੇ ਪੁੰਦੇ ਹੋਣੇ ਇਹਦਾ ਹੈਲੋ ਸਤਿ ਸ਼੍ਰੀ ਅਕਾਲ ਠੀਕ ਹੋ लाओ झूठे फिर एक सेकंड बेटा क्या बात है आ
ਕਾਫੀ ਵੱਡਾ ਬਣਾਇਆ ਇਹਨਾਂ ਨੇ, ਪੂਰਾ ਪਿੰਡ ਹੀ ਬਣਾਇਆ ਕਿ ਵਾਕਿਆ ਹੀ ਸਾਡਾ ਪਿੰਡ। ਆਹ ਘਰ ਵੜਨ ਲੱਗੇ ਆਪਾਂ, ਗੁੜ ਦੀ ਚਾਹ। ਓਕੇ ਘਰ ਦੇ ਘਰ ਨਹੀਂ ਹੈਗੇ ਲੱਗਦਾ, ਬਸ ਚਾਹ ਪਿਆ ਕੇ ਭੇਜ ਦਿੰਦੇ ਇੱਥੋਂ ਲੋਕ ਲੱਗਾ। ਕਿੱਧਰ ਕਿੱਧਰ ਆਈ ਜਾਂਦੇ ਆ ਪਤਾ ਨਹੀਂ ਲੱਗਦਾ। ਅੱਛਾ ਲਓ ਜੀ ਮੱਠੀ ਛੋਲੇ ਵੀ ਚੱਲਦੇ ਫਿਰ। ਮੱਠੀ ਛੋਲੇ ਵੈਰੀ ਗੁੱਡ, ਸਤਿ ਸ਼੍ਰੀ ਅਕਾਲ। ਮੱਠੀ ਛੋਲੇ ਖਾਣ ਲੱਗੇ ਹੋ? ਹਾਂਜੀ ਇਹ ਕਿੱਥੋਂ ਲੈ ਆਏ ਹੋ? ਉਧਰ ਲੈ ਗਏ? ਓਕੇ ਓਕੇ ਲਓ ਜੀ ਲਓ ਤੁਹਾਡੀ। ਹੈਲੋ ਲਓ ਜੀ ਲਓ ਕੀ ਖਾ ਰਹੇ ਹੋ? ਵੈਰੀ ਗੁੱਡ। ਫ੍ਰੀ ਦੇ ਨਹੀਂ ਪੈਸੇ ਦਿੱਤੇ ਤੁਸੀਂ? ਪੈਸੇ ਦੇ ਕੇ ਆਏ ਹੋ? ਪੈਸੇ ਨੀ ਦਿੱਤੇ? ਪੈਸੇ ਦਿੱਤੇ ਆ ਨਾ, ਪੈਸੇ ਦੇ ਕੇ ਨੀ ਆਇਆ? ਹਾਂ ਫੇਰ ਫ੍ਰੀ ਨੀ ਨਾ ਫਿਰ। ਲਓ ਜੀ ਟਰੈਕਟਰ ਦੇਖਾਂ, ਟਰੈਕਟਰ ਨਾ ਪਲਟਾ ਦਿਓ ਕਦੇ। ਲਓ ਜੀ ਦੁਕਾਨਾਂ ਵੀ ਲੱਗੀਆਂ ਹੋਈਆਂ ਵਿੱਚ। ਖੜੇ ਹੋ ਇੱਥੇ, ਤੁਹਾਡੀ ਫੋਟੋ ਲਾ। ਓਕੇ ਲਓ ਜੀ ਚੱਲ ਤੂੰ ਖੜੀ ਹੋ ਜਾ ਉਹ ਸੈਂਟਰ ਚ। ਬੜਾ ਸ਼ੌਂਕ ਆ ਸਾਰਿਆਂ ਨੂੰ ਬੜਾ ਚਾ। ਲਓ ਜੀ ਸਾਰੇ ਖੜੇ ਹੋ ਜਾਓ, ਇੱਕ ਵਾਰੀ ਖਲੋ ਜਾਓ। ਚਲੋ 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 ਜਲਦੀ ਯੂਟਿਊਬ ਤੇ ਜਸਗੁਰ ਆਰਟਸ ਚੈਨਲ, ਚੈਨਲ ਜਸਗੁਰ ਆਰਟਸ, ਜਸਗੁਰ ਆਰਟਸ ਠੀਕ ਹੈ ਭੇਜ ਦਿਓ। ਕੀ ਖਾਈ ਆ ਰਹੇ ਹੋ? ਮਿੱਠੇ ਛੋਲੇ। ਹਾਏ 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 ਬਹੁਤ ਸਵਾਦ ਹੈ। ਮਿੱਠੇ ਛੋਲੇ ਮੱਠੀ ਛੋਲੇ? ਮੱਠੀ ਛੋਲੇ ਸੱਚ, ਥੋੜ੍ਹਾ ਲੂਣ ਨਹੀਂ ਮਿੱਠੇ ਤੇ ਨਹੀਂ ਆ। ਠੀਕ ਹੈ ਠੀਕ ਹੈ। ਗਰਾਊਂਡ ਬਣਾਈ ਆ ਬੜੀ ਤਗੜੀ।
ਵੜ ਗਏ ਹੋ ਦੇਖਣਾ ਪਿਓ ਪਾਣੀ ਚ ਲਓ ਜੀ ਪਾਣੀ ਆ ਗਿਆ ਅੰਦਰ ਓਏ ਇੱਧਰ ਆ ਇੱਧਰ ਉੱਧਰ ਭਿੱਜ ਗਿਆ ਇੱਧਰ ਆ ਜਾ ਆ ਜਾ ਚੱਲ ਆ ਜਾ ਬਚ ਗਿਆ ਹੈ ਪਾਣੀ ਤੋਂ ਮਾਹੀ ਖਿੱਚਿਆ ਇਹਨੂੰ ਬਚ ਗਏ ਕੱਪੜੇ ਬਚ ਗਿਆ ਸ਼ੁਕਰ ਕਰ ਲਓ ਜੀ ਚਲੋ ਲਓ ਜੀ ਦੇਖਣ ਚੱਲੇ ਨੇ ਉੱਪਰ ਬੜੇ ਧਿਆਨ ਨਾਲ ਜਾਣਾ ਸੱਟ ਨਾ ਲੱਗੇ ਯਾਰ ਕਿਤੇ ਮਾਨ ਨਾਲ ਤਿੰਨ ਚਾਰ ਵਾਰ ਸ਼ੋ ਹੋਏਗਾ ਜਿਹੜੇ ਰਹਿ ਜਾਣਗੇ ਫਿਰ ਪੰਜ ਮਿੰਟ ਬਾਅਦ ਚੱਲੇਗਾ ਲਾਈਨ ਵਾਈਜ਼ ਜਾਣਾ ਹੈ ਇਕੱਲੇ ਇਕੱਲੇ ਠੀਕ ਹੈ ਇਕੱਲੇ ਇਕੱਲੇ ਬੱਚੇ ਨੇ ਜਾਣਾ ਮੌਤ ਦਾ ਖੂਹ ਵਿਖਾਉਣੇ ਤੁਹਾਨੂੰ ਤਿੰਨ ਚਾਰ ਸ਼ੋ ਹੋਣਗੇ ਮੌਤ ਦੇ ਖੂਹ ਜਿਹੜੇ ਬੱਚੇ ਰਹਿ ਜਾਣਗੇ ਉਹ ਫਿਰ ਦੁਬਾਰਾ ਜਾ ਸਕਦੇ ਆ ਪੰਜ ਦਸ ਮਿੰਟ ਬਾਅਦ ਫਿਰ ਸ਼ੋ ਮੌਤ ਦਾ ਖੂਹ ਮੌਤ ਦਾ ਖੂਹ ਨਾ ਗੱਡੀ ਚਲਾਉਣੀ ਪਤਾ ਮੋਟਰਸਾਈਕਲ ਚਲਾਉਣਾ ਚਲੋ 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 ਆ ਰਿਹਾ ਥੱਲੇ ਨੀ ਬੋਲ ਦਿੰਦਾ ਬੇਟਾ
ਕਿਆ ਬਾਤ ਹੈ, ਕਿਆ ਬਾਤ, ਕਿਆ ਬਾਤ, ਵਾਕਿਆ ਮੌਲੀ ਆ। ਵਾਕਿਆ ਸਲੂਟ ਆ ਯਾਰ ਬੰਦੇ ਨੂੰ। ਆ ਗੱਡੀ ਚਲਾਊ ਹੁਣ ਦਾਦਾ ਉੱਥੇ ਲਓ ਜੀ। ਹੱਥ ਵੀ ਬਾਹਰ ਕੱਢੇ ਉਹਨੇ, ਇੱਕ ਹੱਥ ਬਾਹਰ ਕੱਢਿਆ, ਮੂੰਹ ਵੀ ਬਾਹਰ। ਕਿਆ ਬਾਤ, ਕਿਆ ਬਾਤ, ਕਲੈਪਿੰਗ, ਕਲੈਪਿੰਗ। ਛਾ ਗਿਆ ਜੀ, ਛਾ ਗਿਆ ਬੰਦਾ, ਛਾ ਗਿਆ ਬੰਦਾ, ਛਾ ਗਿਆ ਮੌਤ ਦਾ ਤੂੰ। ਆਪਣੀ ਪਾਰਟੀ ਤਿਆਰ ਆ, ਬੱਚੇ ਇੰਜੋਏ ਕਰ ਰਹੇ ਆ ਪੂਰਾ। ਜਿਹੜੇ ਬੱਚੇ ਰਹਿ ਜਾਣਗੇ ਦੁਬਾਰਾ ਜਾ ਸਕਦੇ। ਇੱਥੇ ਰੋਜ਼ ਕੀ ਚੱਲਣ ਦਿਆ, ਜਸਗੁਰ ਆਰਟਸ, ਠੀਕ ਹੈ, ਕੀਤਾ, ਓਕੇ, ਥੈਂਕ ਯੂ, ਠੀਕ ਹੈ, ਸਤਿ ਸ਼੍ਰੀ ਅਕਾਲ, ਥੈਂਕ ਯੂ। ਕਿੱਥੇ, ਕਿਉਂ, ਨਹੀਂ ਚੁੱਪ, ਓਕੇ ਓਕੇ।
ओए ऊपर ना चढ़ो यूट्यूब से जस गुर आर्ट्स गुर आर्ट्स आर्ट्स हो रहा एंजॉय पता नहीं इतने रोटी खवानी ला देना पंडाल आया पूरा है वधिया सिस्टम किया ए आई साडे सिक्योरिटी गार्ड सही गल आप पिंड रहे ठीक नहीं हाँ जी इतने आ जी रोटी का प्रबंध बच्चों की 150 बच्चा इतने बैठेगा 150 बार रोटी पानी रेडी हो रहा लो जी काफी कुछ आ चेक करी जाओ हूँ तीन दही भले चंगा मक्खन सुटाया बिच आह गुलाब जामुन पानी आ गया मूंह च डेढ़ सौ बच्चा बाहर बैठ गया भुख बड़ी लगी है ठीक है रोटी की वेट हो रही बेसबरी ना है ला जी ला 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 यूट्यूब से आओ ये दस तक वधिया ठीक हो भुख ज्यादा तो लगी लगी है भुख कि लगी है बहुत ज्यादा ओके ओके ठीक ठीक है हेलो लो जी इतने भी रोटी का प्रबंध हो रहा Thank you.
ਲਓ ਜੀ ਆਪ ਨੂੰ ਬੜੀ ਵਾਰੀ ਆਇਆ ਨਾ, ਹਰ ਵਾਰੀ ਹੈਲੋ ਕਹਿੰਦਾ ਆ ਗਏ। ਲਓ ਜੀ ਮਜ਼ਾ ਆਇਆ ਬਾਈ ਪੂਰਾ, ਚਲ ਖੇਤੀ ਬੜੋ ਵੀ। ਲਓ ਜੀ ਲਓ ਜੀ ਠੀਕ ਹੈ। ਆ ਰਹੀ ਨਾ ਪੂਰੀ ਪਿੰਡਾਂ ਵਾਲੀ ਫੀਲਿੰਗ। ਠੀਕ ਹੈ ਹਾਂਜੀ। ਓ ਮੈਮ ਹੋ ਗਈ ਮੈਮ। ਲਓ ਜੀ ਹਾਂਜੀ ਆ ਆਪਣੇ ਸਟੂਡੈਂਟ ਆ ਸਰ ਤੇ ਸਰਬਦੀਪ ਹਾਂਜੀ ਸਰ ਮਜ਼ਾ ਆਇਆ ਵੈ ਅੱਜ ਦਾ, ਬੜਾ ਮਜ਼ਾ ਆਇਆ ਨਾ, ਵਧੀਆ ਬੱਚੇ ਬੱਚਿਆਂ ਨੇ ਬੜਾ ਇੰਜੋਏ ਕੀਤਾ। ਬੱਚੇ ਹੁਣ ਵੇਟ ਕਰਦੇ ਆ ਕੀ ਖਾਈਏ ਪੀਜੇ। ਠੀਕ ਹੈ ਸਹੀ ਹੈ ਸਹੀ ਗੱਲ ਆ ਹਾਂਜੀ। ਇੱਧਰ ਹੀ ਆ ਗੇਟ ਤੋਂ ਬੱਚਾ ਇੱਧਰ ਪੈਣਾ ਵਾ ਸਰ ਤੁਹਾਡਾ ਉੱਧਰ ਹੈ। ਓਕੇ ਓਕੇ ਜੀ ਮੈਂ ਕੁਛ ਪਵਾ ਵੀ ਲਿਆਓ ਆ ਰਹੀ ਤੇਰੀ ਆ ਰਹੀ ਭਰਾਵਾ ਹਾਂਜੀ। ਸਾਡੀਆਂ ਇਹ ਪਲੇਟਾਂ ਨਹੀਂ ਆਈਆਂ ਜਾਓ ਪਾ ਹੁਣ ਪਤਾ ਲੱਗੂ ਕੀ ਪਵਾਇਆ। ਕਿਆ ਬਾਤ ਕਿਆ ਬਾਤ। ਉਹ ਜੋ ਮਰਜ਼ੀ ਕਹਿ ਲਓ ਬਈ Thank you.
ਸ਼ਾਬਾਸ਼ ਸ਼ਾਬਾਸ਼ ਕਿਉਂ ਖਾਂਦੇ ਦੀ ਨਹੀਂ ਬਣਨੀ ਚਾਹੀਦੀ ਅਸੀਂ ਤਾਂ ਬਣਾ ਆਏ ਅੰਦਰ ਹਾਂ ਨਹੀਂ ਖਾਣ 'ਚ ਕਾਹਦੀ ਸ਼ਰਮ ਨਾਲੇ ਹੈ ਨਾ ਵੀ ਮੂੰਹ 'ਚ ਬੁਰਕੀ ਪਈ ਉਹ ਬੋਲਿਆ ਵੀ ਨਹੀਂ ਆਉਣਾ ਜੀ ਸ਼ਾਂਤੀ ਆਂਟੀ ਵੀ ਛਕ ਰਹੇ ਨੇ ਫੁਲਕਾ ਹਾਂਜੀ ਆਂਟੀ ਜੀ ਛਕ ਲਿਆ ਫੁਲਕਾ ਲਓ ਲਓ ਵਧੀਆ ਹਾਂਜੀ ਥੈਂਕ ਯੂ ਬੇਟਾ ਖਾਣਾ ਵੇਸਟ ਨਹੀਂ ਜੇ ਕਰਨਾ ਠੀਕ ਆ ਮੈਂ ਉਹਨੇ ਇੱਥੇ ਬਹਿਣ ਹੈ ਖਾ ਲਿਆ ਚਲੋ ਵੈਰੀ ਗੁੱਡ ਮੈਂ ਖਾ ਆਇਆ ਬੇਟਾ ਵੇਸਟ ਨਹੀਂ ਕਰਨਾ ਠੀਕ ਆ ਖਾਣਾ ਵੇਸਟ ਨਹੀਂ ਜੇ ਕਰਨਾ ਓਕੇ ਵੀਡੀਓ ਤੁਹਾਡੀ ਬਣ ਜੂਗੀ ਤੁਸੀਂ ਪਲੇਟਾਂ ਫੜੋ ਪਹਿਲਾਂ ਪਾਓ ਸਹੀ ਲਓ ਜੀ ਆਹ ਬੱਚੇ ਲਾਈਨ 'ਚ ਲੱਗੇ ਆ ਵਿਚਾਰੇ ਤੁਹਾਡੀ ਵੀਡੀਓ ਆਊਗੀ ਪੱਕੀ ਗੱਲ ਆਊਗੀ ਤੁਹਾਡੀ ਵੀ ਆਊਗੀ ਲਓ ਜੀ ਫੁਲਕਾ ਛਕ ਲਿਆ ਹੁਣ ਆਪਾਂ ਅਤੇ ਹੁਣ ਬੱਚਿਆਂ ਨੂੰ ਇੱਥੋਂ ਵਾਪਸੀ ਦੀ ਤਿਆਰੀ ਆ ਸਾਨੂੰ ਕੋਈ ਜਗ੍ਹਾ ਲੱਭੀ ਹੋਰ ਬਸ ਥੈਂਕ ਛਕ ਆਇਆ ਬੇਟਾ ਮੈਂ ਵੀ ਬਸ ਥੈਂਕ ਯੂ ਹਾਂਜੀ ਕਿੰਨਾ ਕੁ ਮਜ਼ਾ ਆਇਆ ਫਿਰ ਅੱਜ ਮਜ਼ਾ ਆਇਆ ਦੁਬਾਰਾ ਫਿਰ ਆਉਣਾ ਚਲੋ ਕੋਈ ਗੱਲ ਨਹੀਂ ਹੋਰ ਕਿਤੇ ਤੁਹਾਨੂੰ ਲੈ ਕੇ ਜਾਵਾਂਗੇ ਹੁਣ ਠੀਕ ਆ ਚਲੋ ਓਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਫਿਰ ਚਲੋ ਬੇਟਾ ਚਲੋ ਵਾਪਸੀ ਹੁਣ ਖਿੱਚੋ ਤਿਆਰੀ ਠੀਕ ਆ ਜੀ ਚਲੋ ਮੈਂ ਕਿਹਾ ਚਲੋ ਹੁਣ ਚਲੋ ਬੇਟਾ ਹੁਣ ਛੁੱਟੀ ਹੋਣ ਵਾਲੀ ਹੈ ਚਲੋ ਹਾਂਜੀ ਹੁਣ ਰਾਤ ਰਹਿਣਾ ਹੈ ਫਿਰ ਠੀਕ ਹੈ ਪਾਵਾਂਗੇ ਹੈਲੋ ਮਜ਼ਾ ਆਇਆ ਆ ਜਿੱਤਿਆ ਉੱਥੇ ਕਿਆ ਬਾਤ ਕੀ ਕੀਤਾ ਹੈਗਾ ਲਓ ਜੀ ਪ੍ਰਿੰਸੀਪਲ ਸਰ ਵੀ ਆ ਗਏ ਸਾਡੇ ਹੈਲੋ ਹਾਂਜੀ ਸਰ ਤੁਸੀਂ ਖਾਣਾ ਖਾਧਾ ਕਿ ਨਹੀਂ ਇਹ ਆਓ ਸਰ ਖਾਈਏ ਫਿਰ ਤੁਹਾਨੂੰ ਖਾਣਾ ਕਿੱਦਾਂ ਹੈ ਬੱਚੇ ਇੰਜੋਏ ਕਰ ਰਹੇ ਪੂਰਾ ਇੰਜੋਏ ਹੋਰ ਜਾ ਇੰਜੋਏ ਕੀਤਾ ਸਰ ਬੱਚਿਆਂ ਨੇ ਹਾਂਜੀ ਅੰਦਰ ਵੀ ਖਾਣਾ ਖਵਾ ਰਹੇ ਆ ਤੇ ਇੱਧਰ ਵੀ ਹਾਂਜੀ
आओ सर फिर अंदर गया प्रॉपर। हाँ जी हाँ जी मर गया बच्चे। आओ सर लाइन च भी लगे उधर चल भी रहे। आहो दिखा लिया खाना लाओ जी लाओ तो लाइन लगी है सरा। हेलो हेलो आज सर इधर अंदर लंच कर ले। हाँ जी हाँ जी एंट्री सर उधर थी मेरे ख्याल प्रिंसिपल सर है। नहीं तो छक के गए बाहर लाइन लगी छड़ी जाते भेजी जाते फिर राजेश सर तुम छक के नहीं नहीं खाते आ जाओ फिर आ जाओ सर। बेटा खा के नाल ही उठ जाना फिर ठीक है और बच्चे भी आने बाहरों। ओके खा के खाना ते नाल ही चल जाओ ठीक है बाहर वो फिर बच्चे होर भी आने हैं ठीक है।
ਵੀ ਛਕ ਲਓ ਰਾਜੇਸ਼ ਜੀ ਛਕ ਲਓ ਤੁਸੀਂ ਵੀ ਬਸ ਖਾਣ ਲੱਗੇ ਆਓ ਫਿਰ ਸਾਰੂ ਅੱਛਾ ਹੋ ਗਏ ਵੇਲੇ ਮਜ਼ਾ ਆਇਆ ਪੂਰਾ ਚਲੋ ਵਧੀਆ ਚਲੋ ਥੋੜੇ ਰਹਿ ਗਏ ਬੱਚੇ ਸਰ ਉਦੋਂ ਹੀ ਲਾਈਨ ਛੋਟੀ ਹੁਣ ਓਕੇ ਓਕੇ ਕੋਈ ਗੱਲ ਨਹੀਂ ਹਾਂਜੀ ਸਰ ਆ ਗਏ ਹਾਂਜੀ ਮੈਮ ਕੁਛ ਆਵੇ ਫੁਲਕਾ ਗੁਰਦਾਸ ਸਰ ਜੀ ਕੁਛ ਫ੍ਰੀ ਮੈਮ ਰੋਟੀ ਖਾ ਲਈ ਚਲੋ ਇੰਜੋਏ ਕੀਤਾ ਪੂਰਾ ਅੱਛਾ ਚਲੋ ਥੈਂਕ ਯੂ ਚਲੋ ਜਾਓ 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 ਜਾਦੇ ਨਾਲ ਲੱਗਦਾ ਹੈ ਕੋਈ ਨਹੀਂ ਆਇਆ ਜੀ ਉਹ ਵੀ ਦੇਣੇ ਗੈਸਟ
क्या बात है, बड़ा सोहना बनाया वैसे, सोहना बनाया ना टापू खेड दें दे। क्या बात है, खेड़ दे रहे हैं, अपा खेड़ दे रहे हैं निके होंदे। ज्योति मैम लवा रहे हैं ने मेहंदी, क्या बात है सर, है देखो स्पीड भी बड़ी मैम दी, लगा बहुत सोनी मेहंदी लगाई है। बेटा किधर ले, चलो जी वापसी हूँ साड़ी, तो चैनल सबसक्राइब जरूर कर दौ। हाँ जी मैम, मजा आया पूरा, चलो ओके बेटा, मजा आया पूरा, बहुत ज्यादा, चलो वादिया। हाँ जी तू, चलो चलो वादिया, मजा आया, चलो बह गए मंजे से, मंजा बड़ा तगड़ा है, बड़े सलाई पे, चलो वादिया। आ तो सवेरे चलते नहीं। हाँ जी चलो हो गए सर जी, लो जी लो, पानी ने छाल मार दो कदे। इतने मिले हाथ तो, चाह कोई नी कोई नी, कुछ नहीं होया, गुस्सा नहीं करीदा। ध्यान ना पिछे ना टिप, लो जी बसा तुर पी ने, चलो मिलते हैं फिर, चैनल सब्सक्राइब कर दियो, थैंक यू एवरीवन। होर नहीं बोली आनी,
ਇਹ ਹੋ ਗਿਆ ਨਾ ਮੋਏ ਮੋਏ ਓਕੇ ਬਸ ਚਲੋ ਓਕੇ ਚਲੋ ਵੈਰੀ ਗੁੱਡ ਉਹ ਤੇਰੀ ਨਾ ਘਟਣਾ ਪੂਰਾ ਮੈਂ ਤਾਂ ਕੀਤਾ ਇੰਜੋਏ ਠੀਕ ਕੀਤਾ ਚਲੋ ਵਧੀਆ ਵਧੀਆ ਵੈਰੀ ਗੁੱਡ ਹਾਂ ਹਾਂ ਜ਼ਰੂਰ ਕਰਨਗੇ ਤੁਹਾਨੂੰ ਥੈਂਕ ਯੂ ਕਿਹਾ ਜਾ ਕੇ ਚਲੋ ਚਲੋ ਵੀ ਆ ਜਾਓ ਹੋਰ